ਕਿੱਧਰ ਪਾਏਗਾ ਸਰਜੀਤ ਕੀ ਵੋਟ ਯਾਰ ਯਾਰ ਅਸੀਂ ਤਾਂ ਆਮ ਆਦਮੀ ਵਾਲਿਆਂ ਨੂੰ ਪਾਵਾਂਗੇ ਮੈਂ ਅਸੀਂ ਤਾਂ ਕਾਂਗਰਸ ਨੂੰ ਪਾਵਾਂਗੇ ਯਾਰ ਆਮ ਨੂੰ ਪਾਵਾਂਗੇ ਵੀ ਆਮ ਨੂੰ हजार रुपये केजरीवाल आप कुश्ता मिलूगा कोई सुधार तो करन गे आया तो पता लगूगा करना था चल ओदिया सुन लेने ਐਲਾਨ ਪਾਰਟੀ ਜਿੰਦਾਬਾਦ ਇਹੀ ਨੀ ਤੁਸੀਂ 2-4 ਹਜ਼ਾਰ ਪਿੱਛੇ ਰੋਈ ਜਾਂਦੇ ਹੋ ਮੈਂ ਹਰ ਪਰਿਵਾਰ ਨੂੰ 5 ਲੱਖ ਰੁਪਇਆ ਦੇ ਕਰੂੰਗਾ जनानी लब के देवांगे ਐਲਾਨ ਪਾਰਟੀ ਜਿੰਦਾਬਾਦ ਇਥੋਂ ਤੱਕ ਜਿੱਤੇ ਤੇਰੇ ਲਈ ਬਿੱਲੇ ਤੇਰੇ ਲਈ ਜਾਨੀ ਮੈਂ ਖੁਦ ਲੱਭ ਕੇ ਦੇਊਂਗਾ ਐਲਾਨ ਪਾਰਟੀ ਜਿੰਦਾਬਾਦ ਐਲਾਨ ਪਾਰਟੀ ਜਿੰਦਾਬਾਦ ਓਏ ਇਹ ਤਾਂ ਲੋਕਾਂ ਦੀ ਸਰਕਾਰ ਆ ਇਹ ਤਾਂ ਲੋਕਾਂ ਦੀ ਸੇਵਾ ਕਰਨੀ ਆ ਨਾਲੇ ਮੈਂ ਜੋ ਕਹਿਣਾ ਉਹ ਕਰਦਾ रंग भी करके देवांगे ਐਲਾਨ ਪਾਰਟੀ ਜਿੰਦਾਬਾਦ ਲੋਕਾਂ ਖਾਤਰ ਹੀ ਜਾਉਂਦੇ ਆਂਗੇ जो मैं कहना वो तो करदा तो जो मैं नहीं कहना वो तो पक्के ही करदा ਐਲਾਨ ਪਾਰਟੀ ਜਿੰਦਾਬਾਦ ਐਲਾਨ ਪਾਰਟੀ ਜਿੰਦਾਬਾਦ ਹੋਰ ਕੋਈ ਫਰਮਾਇਸ਼ ਅਸ ਤਾਂ ਲੋਕਾਂ ਖਤਰੀ ਆ ਲੋਕਾਂ ਦੀ ਸਰਕਾਰ ਆਪਣੀ ਸਮਝੋ ਮੈਨੂੰ ਮੁੱਖ ਮੰਤਰੀ ਸਾਹਿਬ ਮੈਂ ਤਾਂ ਬਾਹਰ ਜਾਣਾ ਪਰ ਮੇਰੇ ਤਾਂ ਬੈਂਡ ਹੀ ਚਾਰ ਆਏ ਆ ਓਏ ਅਸੀਂ ਤਾਂ ਬੀਜੇ ਮੁਫਤ ਲਵਾਇਆ ਕਰਨੇ ਆ ਸਾਡੀ ਸਰਕਾਰ ਤਾਂ ਆਉਂਦੇ ਪੰਜਾਬ ਦੇ ਵਿੱਚ ਹਰ ਇੱਕ ਬੱਚੇ ਦੀ ਪੀਆਰ ਅਸੀਂ ਪੱਕੀ ਕਰਕੇ ਦੇਵਾਂ ਦੱਸੋ ਤੁਹਾਨੂੰ ਕੈਨੇਡਾ ਦੀ ਚਾਹੀਦੀ ਆ ਅਮਰੀਕਾ ਦੀ ਚਾਹੀਦੀ ਆ ਕਿ ਇੰਗਲੈਂਡ ਦੀ ਚਾਹੀਦੀ ਆ ਇਥੋਂ ਤੱਕ ਪੰਜਾਬ ਦੇ ਹਰ ਇੱਕ ਪਰਿਵਾਰ ਨੂੰ ਯੂਰਪ ਦਾ ਫ੍ਰੀ ਟੂਰ ਮੈਂ ਲਵਾਇਆ ਕਰੂੰਗਾ ਐਲਾਨ ਪਾਰਟੀ ਜਿੰਦਾਬਾਦ ਐਲਾਨ ਪਾਰਟੀ ਜਿੰਦਾਬਾਦ ਹੁਣ ਦਿਓ ਮੈਨੂੰ ਇਜਾਜ਼ਤ ਹੋਰ ਕੀ ਫਰਮਾਇਸ਼ ਮੁੱਖ ਮੰਤਰੀ ਸਾਹਿਬ ਚੋਣ ਨਿਸ਼ਾਨ ਦੱਸ ਦੇ ਜੀ ਵੋਟਾਂ ਪਾਉਣੀਆਂ ਤੁਹਾਨੂੰ ਚੋਣ ਨਿਸ਼ਾਨ ਲੋਲੀਪੌਪ ਚੋਣ ਨਿਸ਼ਾਨ ਲੋਲੀਪੌਪ ਚੋਣ ਨਿਸ਼ਾਨ ਲੋਲੀਪੌਪ ਹੋਰ ਕੀ ਪਲੈਨਿੰਗ ਹੈ ਫਿਰ ਕਿੱਥੇ ਜਾਣਾ ਹੁਣ ਆਪਾਂ ਹੋਰ ਮੰਤਰੀ ਸਾਹਿਬ ਇੱਕ ਗੱਲ ਪੁੱਛਣੀ ਹੈ ਤੁਹਾਨੂੰ ਮੈਂ ਹਾਂ ਦੱਸੋ ਇਹ ਡੇਡ ਜਿਹੜੇ ਉਹਨਾਂ ਮੂਰੇ ਆਪਾਂ ਗੱਪ ਮਾਰਿਆਂ ਤੇ ਹਾਂ ਹਾਂ ਉਹ ਪੂਰੇ ਕਿਵੇਂ ਕਰਾਂਗੇ ਦੇਖ ਬੇਟਾ ਤੂੰ ਕਦੇ ਕਿੜਕੇ ਦੇ ਵਿੱਚ ਚੂਹਾ ਫੜਿਆਗਾ ਹਾਂ ਫੜਿਆ ਉਹ ਕਿਉਂ ਆਉਂਦਾ ਉਹ ਆਪਣੀ ਰੋਟੀ ਕਰਕੇ ਇਹਦੇ ਪੌਣੇ ਮੂਰੇ ਲੱਗ ਹਾਂ ਹਾਂ ਐਕਚੁਅਲੀ ਰੋਟੀ ਕਰਕੇ ਨਹੀਂ ਚੂਹੇ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਇਹ ਫਰੀ ਦੀ ਰੋਟੀ ਹੈ ਇਹ ਕਿਉਂ ਪਾਈ ਗਈ ਹੈ ਉਹਨੂੰ ਸਮਝ ਨਹੀਂ ਆਉਂਦੀ ਇਸੇ ਕਰਕੇ ਚੰਗੀ ਤਰ੍ਹਾਂ ਕਿੜਕੇ ਵਿੱਚ ਫਸ ਜਾਂਦਾ ਹੈ ਸਮਝ ਲੱਗ ਗਈ ਕਿ ਚੰਗੀ ਤਰ੍ਹਾਂ ਸਮਝਾਵਾਂ ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੈ ਲੱਗ ਗਈ